ਕਰਮਾ ਅਕਬਰਪੁਰ ਪਹਿਲਵਾਨ, ਕਰਮਾ ਅਕਬਰਪੁਰ ਜੱਗਾ ਲੁਧਿਆਣਾ, ਇਹ ਵੀ ਪਹਿਲਵਾਨ ਆਉਣ ਜੀ ਅਗਲੀ ਕੁਸ਼ਤੀ ਲਈ। ਕਰਮਾ ਅਕਬਰ ਦੇ ਜੱਗਾ ਲੁਧਿਆਣਾ ਗੁਰਮੀਤ ਕੰਘਾਲੀ ਸਿੱਖਾਂ ਤੋਂ ਪਹੁੰਚਿਆ ਵੀ, ਉਹ ਵੀ ਆਪਣੇ ਸਾਈਕਲ ਦੇ ਕਿਤਾਬ ਦਿਖਾ ਦੇਗਾ ਗੁਰਮੀਤ ਖੰਨੇ ਤੋਂ। ਕਰਮਾ ਅਕਬਰਪੁਰ ਜੀਤੀ ਪਹਿਲਵਾਨ ਜੀ ਦੇ ਕੋਲ ਅੱਜ ਭਾਈ ਕਰਮਾ ਅਕਬਰਪੁਰ ਜੱਗਾ ਲੁਧਿਆਣਾ। ਸਾਬੀ ਚੀਮਾ ਜੀ, ਚੈਨ ਸਿੰਘ ਜੀ, ਉਹ ਵੀ ਆਪਣੀ ਰਵਾਇਤੀ ਚਿੰਤੇ ਵਿੱਚ ਪਹੁੰਚੇ ਨੇ। ਕਮੇਟੀ ਵੱਲੋਂ ਉਹਨਾਂ ਦਾ ਨਿੱਕਾ ਜੀ ਆਇਆ, ਵੈਲਕਮ। ਹਾਂਜੀ, ਚਿਰਾਗ ਪਹਿਲਵਾਨ ਜੀ ਮਾਰੂ ਮਾਛੀਵਾਲੇ ਖੜੇ ਤੋਂ, ਕਮਲਜੀਤ ਮੁੱਲਾਂਪੁਰ, ਇਹ ਵੀ ਪਹਿਲਵਾਨ ਜੋਗਾ ਸਾਡਾ ਵੀਰ, ਉਹ ਵੀ ਪਹੁੰਚਿਆ, ਬੜੇ ਵਧੀਆ ਜੋੜ ਮਨਾਉਂਦਾ, ਉਸ ਵੀਰ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਅਤੇ ਕਰਮਾ ਪਹਿਲਵਾਨ ਅਕਬਰਪੁਰ ਦੇ ਜੱਗਾ ਲੁਧਿਆਣਾ ਆ ਗਏ ਜੀ, ਜਿਗੇ ਹੱਥ ਕੇ ਵੀ ਜਾਣਾ। ਅਤੇ ਕਰਮਾ ਅਕਬਰਪੁਰ ਕਾਲੀ ਜੰਗ ਵਿੱਚ ਹੱਥ ਜੋੜ ਹੋਈ ਅਤੇ ਕੁਸ਼ਤੀ ਸ਼ੁਰੂ ਪਹਿਲਵਾਨਾਂ ਦੀ, ਤੋਂ ਬਹੁਤ ਬਹੁਤ ਧੰਨਵਾਦ ਸੰਦੀਪ ਸਿੰਘ ਜੀ ਵੀਰ ਦਾ, ਬਹੁਤ ਬਹੁਤ ਧੰਨਵਾਦ ਜੋ ਸਾਡੇ ਵਿੱਚ ਫਾਟਕ ਸਵੀਟ ਤੋਂ ਪਹੁੰਚੇ ਨੇ। ਉਹਨਾਂ ਦੇ ਨਾਲ ਹੀ ਦੇਖਿਆ ਮਨੀਸ਼ ਕੱਕੜ ਜੀ, ਮਨੀਸ਼ ਮੱਕੜ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਤਿਆਗ ਮਾਛੂਵਾੜਾ ਪਹਿਲਵਾਨ ਅਤੇ ਕਮਲਜੀਤ ਅਖਾੜਾ ਮੁਜ਼ਫਰ ਤੋਂ, ਇਹ ਵੀ ਪਹਿਲਵਾਨ ਆਉਣ ਜੀ ਅਗਲੀ ਕੁਸ਼ਤੀ ਦੇ ਅਖਾੜੇ ਦੇ ਲਈ, ਪਹਿਲਵਾਨ ਆਉਣ ਜੀ ਅਖਾੜੇ ਦੇ ਵਿੱਚ। ਤਿਆਗ ਮਾਛੂਵਾੜਾ ਅਤੇ ਕਮਲਜੀਤ ਮੁੱਲਾਂਪੁਰ ਤੋਂ ਬਾਅਦ ਹੈਪੀ ਮਾਛੂਵਾੜਾ, ਅਕਸ਼ੇ ਅਖਾੜਾ ਡੁਮਚੇੜੀ, ਇਹ ਵੀ ਪਹਿਲਵਾਨ ਅਗਲੀ ਕੁਸ਼ਤੀ ਦੇ ਅਖਾੜੇ ਵਿੱਚ ਆਉਣ। ਚਿਰਾਗ ਮਾਛੂਵਾੜਾ ਅਤੇ ਕਮਲਜੀਤ ਮੁੱਲਾਂਪੁਰ ਤੋਂ ਬਾਅਦ ਹੈਪੀ ਮਾਛੂਵਾੜਾ ਅਤੇ ਅਸ਼ੋਕ ਡੂਮਛੇੜੀ, ਡੂਮਛੇੜੀ ਦਾ ਪਹਿਲਵਾਨ ਵੀ ਤਿਆਰ ਹੈ। ਇਸ ਤੋਂ ਬਾਅਦ ਫਤਿਹ ਬਾਬਾ ਫਰਾਈ ਇਸਮੈਲ ਡੂਮਛੇੜੀ, ਫਤਿਹ ਬਾਬਾ ਫਰਾਈ ਇਸਮੈਲ ਡੂਮਛੇੜੀ, ਸਤੀਸ਼ ਕੁਰਾਲੀ, ਵਿਜੇ ਰੋਪੜ, ਇਹ ਵੀ ਪਹਿਲਵਾਨ ਵੀਰ, ਆਪ ਆਪਣੀ ਕੁਸ਼ਤੀ ਦੀ ਤਿਆਰੀ ਰੱਖਣ। ਖੇਡਾਂ ਖੇਡ ਕੇ ਜੋਬਨ 'ਤੇ ਨੂਰ ਆਉਂਦਾ, ਖੇਡਾਂ ਨਾਲ ਦੇਸ਼ ਦੀ ਛਣ ਬਣਦੀ, ਖੇਡਾਂ ਖੇਡਦੇ ਹੋਏ ਜਿਸ ਦੇਸ਼ ਦੇ ਗੱਭਰੂ ਉਸ ਦੇਸ਼ ਦੀ ਵੱਖਰੀ ਪਹਿਚਾਣ ਬਣਦੀ। ਸੋ ਸਾਡੇ ਖਿੱਚ ਕਮੇਟੀ ਦੇ ਮੈਂਬਰ ਪ੍ਰਧਾਨ ਮੋਨੂ ਸੂਦ ਜੀ, ਜਸਵਿੰਦਰ ਸਿੰਘ ਜੀ ਮੰਡ ਸਾਹਿਬ, ਪ੍ਰਕਾਸ਼ ਸਿੰਘ ਜੀ ਭੰਗੂ, ਕਮਲਜੀਤ ਮੁੱਲਾਂਪੁਰ, ਪਰਮਜੀਤ ਸ਼ਮਾ, ਰਵਿੰਦਰ ਗਰਵਾੜ, ਰਜਿੰਦਰ ਰਾਣਾ ਜੀ, ਡਾਕਟਰ ਤਰਲੋਚਨ ਜੀ, ਡਾਕਟਰ ਗੁਰਬਚਨ ਜੀ, ਬਿੱਟੂ ਫੁੱਲਰ ਜੀ, ਨਿਸ਼ੂ ਗੁਪਤਾ ਜੀ ਪ੍ਰਧਾਨ ਨੇ ਜੋ ਨਗਰ ਕੌਂਸਲ ਕੁਰਾਲੀ ਦੇ, ਅਤੇ ਟਿੱਕਾ ਮਾਰ ਜੀ, ਸੰਦੀਪ ਜੀ, ਮਨੀਸ਼ ਮੱਕੜ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਸੋ ਅਗਲੀ ਕੁਸ਼ਤੀ ਦੇ ਪਹਿਲਵਾਨ ਉਹ ਵੀ ਤਿਆਰ ਰਹਿਣ, ਤਿੰਨ ਕੁਸ਼ਤੀਆਂ ਚੱਲਦੀਆਂ ਖੜੇ ਦੇ ਵਿੱਚ, ਕਿ ਹਰ ਕੋਈ ਪਿਓ ਚਾਹੁੰਦਾ। ਆਪਣੇ ਸਾਥੀਆਂ ਦੇ ਨਾਲ ਥੋੜ੍ਹੇ ਸਮੇਂ ਵਿੱਚ ਪਹੁੰਚ ਰਹੇ ਨੇ, ਅਤੇ ਕੂਪਤੀ ਚੁੱਕਦੀ ਰੇਲ ਗੱਡੀ ਵੀ ਲੰਘ ਰਹੀ ਆ, ਸਵਾਰੀ ਗੱਡੀ ਆਪਾਂ ਵੇਖ ਰਹੇ ਹਾਂ। ਅਤੇ ਚਿਰਾਗ ਮਾਛੂਵਾੜਾ ਅਤੇ ਕਮਲਜੀਤ ਮੁੱਲਾਂਪੁਰ, ਸਾਡੇ ਵਿੱਚ ਵਿਸ਼ੂ ਅਗਰਵਾਲ ਜੀ, ਉਹ ਵੀ ਥੋੜ੍ਹੇ ਸਮੇਂ ਦੇ ਵਿੱਚ ਪਹੁੰਚ ਰਹੇ ਨੇ, ਜੋ ਪ੍ਰਧਾਨ ਨੇ ਨਗਰ ਕੌਂਸਲ ਕੁਰਾਲੀ ਦੇ, ਵਿਸ਼ੂ ਅਗਰਵਾਲ ਜੀ, ਉਹਨਾਂ ਦਾ ਵੀ ਅਸੀਂ ਹਾਰਦਿਕ ਸਵਾਗਤ ਕਰਦੇ ਹਾਂ ਜੋ ਸਾਡੇ ਵਿੱਚ ਆਉਣਗੇ ਥੋੜ੍ਹੇ ਸਮੇਂ ਦੇ ਵਿੱਚ। ਅਗਲੀ ਕੁਸ਼ਤੀ ਦੇ ਪਹਿਲਵਾਨ ਫਿਰ ਹੈਪੀ ਮਾਛੂਵਾੜਾ, ਅਕਸ਼ੇ ਡੁਮਛੇੜੀ, ਇਹ ਵੀ ਪਹਿਲਵਾਨ ਤਿਆਰ ਰਹਿਣਗੇ ਅਗਲੀ ਕੁਸ਼ਤੀ ਦੇ ਲਈ। ਰਵਿੰਦਰ ਸਿੰਘ ਜੀ ਮੰਡ ਸਾਹਿਬ, ਮੋਨੂ ਸੂਦ ਜੀ ਪ੍ਰਧਾਨ, ਸਰਕਾਰ ਸਿੰਘ ਜੀ ਪੰਗੂ, ਕਮਲਜੀਤ ਮੁੱਲਾਂਪੁਰ, ਪਰਮਜੀਤ ਸ਼ਮਾ, ਅਰਵਿੰਦ ਅਗਰਵਾਲ ਜੀ, ਰਜਿੰਦਰ ਰਾਣਾ ਜੀ, ਵਿਸ਼ੂ ਅਗਰਵਾਲ ਜੀ ਪ੍ਰਧਾਨ ਜੀ, ਬਿੱਟੂ ਖੁੱਲਰ ਜੀ, ਅਤੇ ਟਿੱਕਾ ਮਰ ਜੀ, ਸੰਦੀਪ ਜੀ ਠਾਕਰ ਸਵੀਟ ਤੋਂ, ਮਨੀਸ਼ ਮੱਕੜ ਜੀ, ਅਸੀਂ ਨਾ ਸਾਰੇ ਕਲੱਬ ਦੇ ਮੈਂਬਰਾਂ ਦਾ, ਖਿੱਚ ਕਮੇਟੀ ਦੇ ਮੈਂਬਰਾਂ ਦਾ ਧੰਨਵਾਦ ਕਰਦੇ ਹਾਂ। ਫਿਰ
ਸੁਤੰਤਰ ਕੁਸ਼ਤੀਆਂ ਚੱਲਦੀਆਂ ਹੋਈਆਂ ਅਖਾੜੇ ਦੇ ਵਿੱਚ ਤਿੰਨ ਤਿੰਨ ਕੁਸ਼ਤੀਆਂ ਚੱਲਦੀਆਂ ਪਹਿਲਵਾਨ ਇੱਕ ਦੂਜੇ ਨੂੰ ਢਾਉਣ ਦੀ ਪੂਰੀ ਜ਼ੋਰ ਜਮਾਈ ਕਰਦੇ ਹੋਏ ਵੱਖ ਵੱਖ ਦਾ ਜੋ 365 ਦਾ ਨੇ ਉਸਤਾਦ ਮੂਹਰੋ ਸਿੰਘ ਜੀ ਦੇ ਰਸੇ ਦਾ ਪਹਿਲਵਾਨ ਜੀ ਵਰਤੇ ਹੋਏ ਮਿੱਟੀ ਦੀ ਕੁਸ਼ਤੀ ਪੁਰਾਣੀ ਪਰੰਪਰਾ ਇਸ ਪਰੰਪਰਾ ਨੂੰ ਅੱਜ ਦੇ ਪਹਿਲਵਾਨ ਅੱਗੇ ਚਲਾਉਂਦੇ ਹੋਏ ਆਪਣਾ ਆਪਣੇ ਅਖਾੜਿਆਂ ਵਿੱਚ ਕਰਦੇ ਜ਼ੋਰ ਆਪਣੇ ਪਰਿਵਾਰ ਤੋਂ ਦੂਰ ਰਹਿ ਕੇ ਆਪਣੇ ਉਸਤਾਦਾਂ ਦੇ ਕੋਲੋਂ ਦੀ ਆਗਿਆ ਦਾ ਪਾਲਣ ਕਰਕੇ ਚੰਗੇ ਸਰੀਰ ਬਣਾਉਂਦੇ ਸਾਝਰੇ ਉੱਠ ਕੇ ਆਪਣੇ ਵਿਰੋਧੀਆਂ ਨਾਲ ਜ਼ੋਰ ਅਜਮਾਈ ਕਰਦੇ ਨੇ ਸੋ ਪਹਿਲਵਾਨੀ ਬੜੀ ਸੁੱਚੀ ਸਾਜੀ ਭਗਤ ਦੀ ਸ਼ਕਤੀ ਵਾਲੀ ਗੇਮ ਕਿ ਦਾਤਾ ਅਤੇ ਭਗਤ ਸੂਰਮੇ ਤਿੰਨੇ ਜਗ ਤੇ ਜਿਉਂਦੇ ਨੇ ਮੜੀਆਂ ਤੇ ਲੱਗਦੇ ਮੇਲੇ ਲੋਕੀ ਨਾਲ ਰਹਿੰਦੇ ਨੇ ਭਗਤਾਂ ਨੂੰ ਦਾਤਿਆਂ ਨੂੰ ਸੂਰਮਿਆਂ ਨੂੰ ਬਾਅਦ 'ਚ ਪੂਜਿਆ ਜਾਂਦਾ ਹੈ ਲੋਕ ਗੱਲਾਂ ਕਰਦੇ ਨੇ 12 ਗਾਈਆਂ ਜਾਂਦੀਆਂ ਨੇ ਔਰ ਨਾਂ ਇਤਿਹਾਸ ਦੇ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਂਦਾ ਜਿਹੜੇ ਵੀਰ ਕੋਈ ਨਾ ਕੋਈ ਖੇਤਰ 'ਚ ਵੱਡੀਆਂ ਮੱਲਾਂ ਮਾਰ ਕੇ ਜਾਂਦੇ ਨੇ ਸੰਸਾਰ ਦੇ ਵਿੱਚ ਆ ਕੇ ਹਰੇਕ ਸੰਸਾਰ ਦੇ ਵਿੱਚ ਇੱਕ ਵਾਰ ਇਨਸਾਨ ਆਉਂਦਾ ਇੱਕ ਦਿਨ ਚਲਾ ਜਾਣਾ ਹੈ ਅਤੇ ਚਿਰਾਗ ਮਾਚੂਵਾੜਾ ਮਾਤ ਜੀ ਕੋਲ ਜਾਣ ਜੀ ਮਾਚੂਵਾੜੇ ਵਾਲਾ ਚਿਰਾਗ ਜਿੱਤੀ ਪਹਿਲਵਾਨ ਜੀ ਦੇ ਖੜੇ ਦਾ ਪਹਿਲਵਾਨ ਕਮਲਜੀਤ ਮੁੱਲਾਂਪੁਰ।